ਪ੍ਰੋਬਲਮ ਲੱਗਾ ਉਹ ਤਾਂ ਪਰਮਾਤਮਾ ਵਧੀਆ ਸਾਹਿਬ ਵਧੀਆ ਆ ਦੇਖੋ ਜੀ ਲਹਿਰੇ ਬੇਗੇ ਐਕਸੀਡੈਂਟ ਹੋਇਆ ਪਿਆ ਮੇਨ ਹਾਈਵੇ ਤੇ ਤੇ ਭਗਵੰਤ ਮਾਨ ਸਾਹਿਬ ਹੋਰੀ ਇਹ ਗੱਲ ਕਹਿੰਦੇ ਆ ਵੀ ਸਾਡੀ ਪੁਲਿਸ 24/24 ਪਹੁੰਚਦੀ ਆ ਤੇ ਘੱਟੋ ਘੱਟ ਮੈਨੂੰ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਤਿੰਨ ਵਾਰੀ ਕਾਲ ਕੀਤੇ ਨੂੰ ਅਜੇ ਤਾਂ ਹੀ ਨਹੀਂ ਆਏ ਆ ਦੇਖੋ ਆਹ ਗੱਡੀ ਦਾ ਐਕਸੀਡੈਂਟ ਉਦੋਂ ਬਾਅਦ ਵਿੱਚ ਆਹ ਗੱਡੀ ਦਾ ਤੇ ਆਹ ਬੰਦਾ ਇੱਥੇ ਪਏ ਆ ਦੋ ਬੰਦੇ ਪਏ ਆ ਤੇ ਪੁਲਿਸ ਅਜੇ ਤੱਕ ਨਹੀਂ ਆਈ ਪੁਲਿਸ ਅਜੇ ਤੱਕ ਨਹੀਂ ਆਈ ਬਹੁਤ ਵਾਰੀ ਉਹਨਾਂ ਨੂੰ ਫੋਨ ਕਰ ਲਿਆ ਆਹ ਤੜਫੀ ਜਾਂਦੇ ਆ ਬੰਦੇ ਪਏ ਇੱਥੇ ਨਾ ਐਂਬੂਲੈਂਸ ਆਈ ਨਾ ਪੁਲਿਸ ਆਈ ਆ ਉਹਦੀ ਉਹਦੀ ਲੱਤ ਅੱਡ ਹੋ ਗਈ ਬੰਦੇ ਦੀ ਤੇ ਬੰਦਾ ਚੀਕਾਂ ਮਾਰੀ ਜਾਂਦਾ ਕੋਈ ਨਾ ਕੋਈ ਨਾ ਆਹ ਬੰਦਾ ਦੇਖੋ ਸ਼ਰਮ ਆਉਣੀ ਚਾਹੀਦੀ ਇਹ ਜੀ ਸਰਕਾਰ ਨੂੰ ਤੇ ਇਹ ਜੀ ਪੁਲਿਸ ਨੂੰ ਅਜੇ ਤੁਸੀਂ ਦੇਖੋ ਅੱਗੇ ਫਰੰਟ ਦੇ ਉੱਪਰ ਦੋ ਗੱਡੀਆਂ ਅੱਗੇ ਵੀ ਪਈਆਂ ਪਰ ਸਰਕਾਰ ਦਾ ਕੋਈ ਐਕਸ਼ਨ ਨਹੀਂ ਕੋਈ ਪੰਜਾਬ ਪੁਲਿਸ ਦੇ ਅਜੇ ਤੱਕ ਇੱਥੇ ਨਹੀਂ ਆਈ ਦੋ ਗੱਡੀਆਂ ਆਖਰੀਆਂ ਇੱਕ ਵਿਚਾਲੇ ਫਸੀ ਪਈ ਆ ਆਹ ਕੈਂਟਰ ਬੰਦੇ ਉੱਥੇ ਤੜਫੀ ਜਾਂਦੇ ਆ ਤੇ ਕੋਈ ਪੁਲਿਸ ਵਾਲਾ ਨਹੀਂ ਅਜੇ ਤਾਈਂ ਪਹੁੰਚਿਆ ਇੱਥੇ ਸੜਕ ਸੁਰੱਖਿਆ ਵਾਲੇ ਜਿਹੜੇ ਭਗਵੰਤ ਮਾਨ ਰੌਲਾ ਪਾਉਂਦਾ ਨਾ ਬਈ ਹਾਏ ਅਸੀਂ ਆਪਦੇ ਲੋਕਾਂ ਵਾਸਤੇ ਪੁਲਿਸ ਲੋਕਾਂ ਦੀ ਪੁਲਿਸ ਇਹ ਕੋਈ ਇੱਥੋਂ ਦੀ ਉਦਾਹਰਣ ਨਹੀਂ ਹੈ ਬਾਈ ਜੀ ਪਿੱਛੇ ਵੀ ਐਕਸੀਡੈਂਟ ਕਈ ਵਾਰੀ ਹੋਇਆ ਪੁਲਿਸ ਪਹੁੰਚਦੀ ਨਹੀਂ ਉਹ 250 ਵਾਲਾ ਬੰਦਾ ਇੱਕ ਵੀ ਨਹੀਂ ਪਹੁੰਚਿਆਗਾ ਹਾਂ ਉਹੀ ਗੱਲ ਆ ਨਾ ਇੱਕ ਗੱਲ ਦੱਸ ਲੋਕਾਂ ਨੇ 1000 ਰੁਪਏ ਜਨਾਨੀਆਂ ਨੇ ਚੱਟਣਾ ਜੇ ਆਹ ਬੰਦਿਆਂ ਦਾ ਹਾਲ ਆ 2 ਕਿਲੋਮੀਟਰ ਟੂਲ ਟੈਕਸ ਘੱਟ ਘੰਟਾ ਹੋ ਗਿਆ ਕਾਲ ਕਰਦਿਆਂ ਨੂੰ ਨਹੀਂ ਤੁਹਾਨੂੰ 3 ਮਿੰਟ ਪਹਿਲਾਂ ਤੁਹਾਡਾ ਮੁੱਖ ਮੰਤਰੀ ਤਾਂ ਕਹਿੰਦਾ ਗੱਡੀ ਨੇੜੇ ਖੜੀ ਹੋਣੀ ਹਾਈਵੇ ਤੇ ਆਹ ਦੇਖੋ ਗੱਡੀਆਂ ਦਾ ਹਾਲ ਪਹਿਲਾਂ ਗੱਡੀ ਦੇਖੋਗਾ ਉਹ ਦੇਖੋ ਆਹ ਦੇਖੋ ਆਹ ਦੇਖੋ ਵਿੱਚ ਵੜ ਕੇ ਬੰਦੇ ਗੱਡੇ ਬਾਈ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਖੜਿਆਂ ਨੂੰ ਫਿਰ ਛੋਟਾ ਮੁੱਖ ਮੰਤਰੀ ਤਾਂ ਕਹਿੰਦਾ ਵੀ ਅਸੀਂ ਤਾਂ ਖੜੇ ਹੁੰਨੇ ਆ ਦੱਸੋ ਯਾਰ ਜਵਾਬ ਤੇਰੇ SSP ਨੇ ਕਿਹਾ SSP ਨੇ ਸੁਨੇਹਾ ਭੇਜਿਆ ਤਾਂ ਇਹ ਤੁਸੀਂ ਜ਼ਿੰਮੇਵਾਰੀ ਸਮਝੀ ਦੀ ਹੁੰਦੀ ਆ ਉਹ ਭਰਾ ਮੇਰਾ ਚੱਲ ਜੇਬ ਚ ਚੱਲ ਕੋਈ ਗੋਲੀ ਕਰ ਦੇ ਜੇਬ ਚ ਕੀ ਤੈਨੂੰ ਗੋਲੀ ਤੋਂ ਲੱਤ ਨੂੰ ਟੱਕੀ ਦੀ ਆ
ਭਾਈ ਉਹਨੂੰ ਗੋਲੀ ਦੇ ਦਿਓ ਨਾ ਕੋਈ ਯਾਰ ਹੈਗੀ ਦਰਦ ਵਾਲੀ ਯਾਰ ਇੰਸਪੈਕਟਰ ਸਾਹਿਬ ਪਹਿਲਾਂ ਉਹਨੂੰ ਦੇ ਦਿਓ ਜੀ ਦੇ ਦੇ ਦਿਓ ਠੀਕ ਆ ਉਹਦੀ ਦਰਦ ਬਹੁਤ ਹੋਈ ਜਾਂਦਾ ਠੀਕ ਜਾਂਦਾ ਉਹਨੂੰ ਬਸਾ ਕੇ ਜਾਂਦਾ।